ਰਾਸਤੇ ਖਾਲਸਾ ਉੱਥੇ ਜਾਣਾ ਸਾਢੇ ਕੁ 10 ਵਜੇ ਕਿਉਂਕਿ 10:30 ਵਜੇ ਖੁੱਲਦਾ ਵਾ ਸ਼ਾਮ ਨੂੰ 4:30 ਵਜੇ ਖਾਲਸਾ ਚੱਲਦੇ ਆ ਅਤੇ ਮੌਸਮ ਇੱਥੇ ਬਹੁਤ ਸੋਹਣਾ ਵਧੀਆ ਹੋਇਆ ਹੋਇਆ ਅਤੇ ਕਾਫੀ ਹਵਾ ਚੱਲਦੀ ਹੈ ਅਤੇ ਰਾਸਤੇ 'ਤੇ ਖਾਲਸਾ 'ਚ ਮਿਲਦੇ ਹਾਂ ਉੱਥੇ ਨੂੰ ਦੱਸਾਂਗੇ ਟਿਕਟ ਪ੍ਰਾਈਸ ਕਿੰਨੀ ਹੈ ਕਿਹੜੇ ਦਿਨ ਬੰਦ ਹੁੰਦਾ ਚਲੋ ਮਿਲਦੇ ਹਾਂ ਜੀ ਉੱਥੇ ਅੱਜ ਦਾ ਮੌਸਮ ਵੈਸੇ ਬਹੁਤ ਵਧੀਆ ਅਸੀਂ ਇਹ ਵੀ ਵਧੀਆ ਕੀਤਾ ਕਿ ਆਪਾਂ ਸਵੇਰੇ 7:30 ਤੁਰ ਪਿਆ ਨਾ ਸਵੇਰੇ 7:30 ਅਸੀਂ ਤੁਰ ਪਏ 4:30 ਵਜੇ ਚਲੋ ਠੰਡੇ ਠੰਡੇ ਪਹੁੰਚ ਗਏ ਜਦੋਂ ਆਏ ਸੀਗੇ ਨਾ ਉੱਥੋਂ ਉੱਧਰ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਇੱਧਰ ਬਾਈਕ ਲੈ ਕੇ ਆਏ ਸੀ ਅਤੇ ਬਾਅਦ 'ਚ ਸਾਨੂੰ ਪਤਾ ਲੱਗਿਆ ਵੀ ਇੱਥੇ ਪਾਰਕਿੰਗ ਹੈਗੀ ਅਸੀਂ ਪਹੁੰਚ ਗਏ ਜੀ ਉਹ ਦੇਖੋ ਵਿਰਾਸਤ 'ਤੇ ਖਾਲਸਾ ਪਰ ਇੱਥੇ ਪਹਿਲਾਂ ਟਿਕਟ ਕਰਾਉਣੀ ਪੈਂਦੀ ਆ ਦੇਖੋ ਕਿੰਨੀ ਭੀੜ ਆ ਉਹਦੇ ਇੱਥੇ ਸਾਰੇ ਲੋਕ ਆਏ ਆਪਣਾ ਬੰਦਾ ਲੱਗ ਜਾਊ ਹਾਂਜੀ ਸਾਨੂੰ ਟਿਕਟ ਮਿਲ ਗਿਆ ਵਿਰਾਸਤ 'ਤੇ ਖਾਲਸਾ ਦੀ ਜਿਹੜਾ ਵਿਰਾਸਤ 'ਤੇ ਖਾਲਸਾ ਨਾ ਇਹ ਸੋਮਵਾਰ ਬੰਦ ਹੁੰਦਾ ਵਾ ਆਹ ਟਿਕਟ ਸਾਨੂੰ ਮਿਲ ਗਈ ਆ ਅਤੇ ਇੱਕ ਇਹਦਾ ਹੋਰ 1 ਘੰਟੇ ਦੇ ਵਿੱਚ ਨਾ ਇਹਨਾਂ ਨੇ 115 ਬੰਦਿਆਂ ਨੂੰ ਵੀ ਐਂਟਰੀ ਦੇਣੀ ਹੁੰਦੀ ਆ 115 ਬੰਦਿਆਂ ਨੂੰ ਹਾਂ ਨਹੀਂ ਸੱਚ 2 ਘੰਟਿਆਂ ਦੇ ਵਿੱਚ 115 ਬੰਦਿਆਂ ਨੂੰ ਐਂਟਰੀ ਦੇਣੀ ਹੁੰਦੀ ਆ ਜਦੋਂ 115 ਫੁੱਲ ਹੋ ਜਾਂਦੇ ਨੇ ਫਿਰ ਟਿਕਟਾਂ ਰੋਕ ਜਾਂਦੇ ਨੇ ਚਾਹੇ 1/2 ਘੰਟਾ ਵੇਟ ਕਰਨੀ ਪਵੇ ਚਾਹੇ 2 ਘੰਟਾ ਵੇਟ ਕਰਨੀ ਇੱਕ ਟਿਕਟ 'ਤੇ ਬੰਦਾ ਵਿਰਾਸਤ 'ਤੇ ਖਾਲਸਾ ਦੇ ਅੰਦਰ 2 ਘੰਟੇ ਮਤਲਬ ਸਾਰਾ ਕੁਝ ਦੇਖ ਸਕਦਾ ਘੁੰਮ ਸਕਦਾ ਜਦੋਂ 2 ਘੰਟੇ ਪੂਰੇ ਹੋ ਗਏ ਤਾਂ ਤੁਸੀਂ ਇਸ ਮਿਊਜ਼ੀਅਮ ਵਿੱਚ ਦੱਸਿਆ ਗਿਆ ਕਿ ਅਸੀਂ ਕੌਣ ਹਾਂ ਅਸੀਂ ਕਿੱਥੋਂ ਆਏ ਹਾਂ ਅਸੀਂ ਕਿਸ ਦੀ ਦੇਣ ਹਾਂ ਅਤੇ ਇਸ ਵਿੱਚ ਨਾਲ ਦੀ ਨਾਲ ਇਹ ਵੀ ਬਹੁਤ ਖੂਬਸੂਰਤ ਦੱਸਿਆ ਗਿਆ ਸਾਡਾ ਪੰਜਾਬੀ ਸੱਭਿਆਚਾਰ ਪੰਜਾਬੀ ਮੇਲਾ ਲੋਕ ਨਾਚ ਗਿੱਧੇ ਪੰਜਾਬੀ ਆਪਣੀ ਜਿਹੜੀ ਮਾਂ ਬੋਲੀ ਪੰਜਾਬੀ ਭਾਸ਼ਾ ਉਹਦੇ ਬਾਰੇ ਦਰਸਾਇਆ ਗਿਆ ਅਤੇ ਪੰਜਾਬੀ ਜੋ ਕਿ ਪੁਰਾਣੇ ਟਾਈਪ ਦਾ ਰਹਿਣ ਸਹਿਣ ਪੁਰਾਣੇ ਕੋਠੇ ਪੁਰਾਣੇ ਘਰ ਉਹ ਵੀ ਬੜੀ ਖੂਬਸੂਰਤ ਤਸਵੀਰਾਂ ਨਾਲ ਬਹੁਤ ਸੋਹਣਾ ਦਿਖਾਇਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਸ਼ਾਸਨ ਕਾਲ ਇੱਥੇ ਦਿਖਾਇਆ ਗਿਆ ਕਿ ਉਹਨਾਂ ਨੇ ਤੁਹਾਨੂੰ ਕਿਵੇਂ ਜਬਰ ਅਤੇ ਜ਼ੁਲਮ ਦੇ ਨਾਲ ਲੜਨਾ ਸਿਖਾਇਆ ਫਿਰ ਉਹਨਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦੇ ਜੀਵਨ ਬਾਰੇ ਦੱਸਿਆ ਹੋਇਆ ਉਹਨਾਂ ਨੇ ਕਿਵੇਂ ਛੋਟੇ ਸਾਹਿਬਜ਼ਾਦਿਆਂ ਦਾ ਜੋ ਕਿ ਬਦਲਾ ਲਿਆ ਉਹਨਾਂ ਦੇ ਮੁਗਲਾਂ ਤੋਂ ਉਸ ਤੋਂ ਉਹਨਾਂ ਤੋਂ ਬਾਅਦ ਪੰਜਾਬ ਦਾ ਜੋ ਕਿ ਰਾਜ ਸੁਨਹਿਰੀ ਰਾਜ ਭਵਿੱਖ ਜੋ ਕਿ ਸ਼ੁਰੂ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਜੋ ਕਿ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਕੀ ਪੰਜਾਬ ਨੂੰ ਦੇਣ ਸੀ ਉਹਨਾਂ ਨੇ ਕੀ ਕੀਤਾ ਉਹ ਪੂਰਾ ਕੰਪਲੀਟ ਦੱਸਿਆ ਉਸ ਤੋਂ ਬਾਅਦ ਫਿਰ ਕਿਵੇਂ ਸਿੱਖ ਐਂਗਲੋ ਸਵਾਰ ਹੋਈਆਂ ਕਿਵੇਂ ਅੰਗਰੇਜ਼ ਭਾਰਤ ਉੱਤੇ ਆ ਕੇ ਕਬਜ਼ਾ ਕਰ ਲੈਂਦੇ ਨੇ ਫਿਰ ਪੰਜਾਬ ਕਿਵੇਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਂਦਾ ਕਿੰਨੀਆਂ ਕੁਰਬਾਨੀਆਂ ਦਿੰਦੇ ਨੇ ਉਸ ਤੋਂ ਬਾਅਦ ਫਿਰ ਜਦੋਂ ਪੰਜਾਬ ਦੇਸ਼ ਜਦੋਂ ਆਜ਼ਾਦ ਹੋ ਜਾਂਦਾ ਵਾ ਫਿਰ ਪੰਜਾਬ ਦੀ ਵੰਡ ਕੀਤੀ ਜਾਂਦੀ ਹੈ ਇੱਕ ਯੂਨਾਈਟਿਡ ਆਫ ਪੰਜਾਬ ਨੂੰ ਇੱਕ ਛੋਟਾ ਜਿਹਾ ਪੰਜਾਬ ਬਣਾ ਕੇ ਰੱਖ ਦਿੱਤਾ ਜਾਂਦਾ ਵਾ ਫਿਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਉਂਦੀ ਹੈ ਜਦੋਂ ਕਿ ਸਿੱਖ ਆਪਣੇ ਹੌਲੀ ਹੌਲੀ ਕਰਕੇ ਆਪਣਾ ਜੋ ਕਿ ਹੱਕ ਲੈਣਾ ਸ਼ੁਰੂ ਕਰ ਦਿੰਦੇ ਨੇ ਸੋ ਕਿ ਇਹ ਸੀਗੀ ਇੱਕ ਮਿਊਜ਼ੀਅਮ ਦੇ ਵਿੱਚ ਇੱਕ ਪੰਜਾਬ ਦਾ ਦੁੱਖ ਇੱਕ ਪੰਜਾਬ ਦਾ ਡੂੰਘਾ ਇਤਿਹਾਸ ਪੰਜਾਬ 'ਚ ਜਿਹੜੀਆਂ ਡੂੰਘੀਆਂ ਕੁਰਬਾਨੀਆਂ ਇੱਕ ਮਿਊਜ਼ੀਅਮ ਦੇ ਵਿੱਚ ਦਰਸਾਇਆ ਗਿਆ ਅਤੇ ਜਦੋਂ ਵੀ ਤੁਸੀਂ ਕੇਸਗੜ੍ਹ ਸਾਹਿਬ ਆਉਂਦੇ ਹੋ ਇਸ ਮਿਊਜ਼ੀਅਮ ਦੇ ਵਿੱਚ ਜ਼ਰੂਰ ਆਓ ਇੱਕ ਪੰਜਾਬ 'ਚ ਆਪਣੇ ਜੋ ਕਿ ਪਿਛਲਾ ਇਤਿਹਾਸ ਹੈ ਉਸ ਵੱਲ ਇੱਕ ਝਾਤੀ ਜ਼ਰੂਰ ਮਾਰੋ ਸਾਡਾ ਪੰਜਾਬ ਕਿੱਥੋਂ ਸ਼ੁਰੂ ਹੋਇਆ ਅਤੇ ਪੰਜਾਬ ਦਾ ਕਿਵੇਂ ਅੰਤ ਹੋਇਆ ਹਾਂਜੀ ਅਸੀਂ ਬਸ ਚੱਲਿਆ
ਜਾ ਕੇ ਦੇਖੋ ਆਪਣੇ ਪੰਜਾਬ ਬਾਰੇ ਪਤਾ ਲੱਗਦਾ ਇਤਿਹਾਸ ਬਾਰੇ ਸਾਰਾ ਕੁਛ ਬਹੁਤ ਵਧੀਆ ਲੋ ਜੀ ਅਸੀਂ ਵਿਰਾਸਤ ਏ ਖਾਲਸਾ ਤੋਂ ਬਾਹਰ ਆ ਗਏ ਹਾਂਜੀ ਅਸੀਂ ਹੁਣ ਵਿਰਾਸਤ ਏ ਖਾਲਸਾ ਦੇਖਣ ਤੋਂ ਬਾਅਦ ਅਸੀਂ ਹੁਣ ਜਿਹੜਾ ਕਿ ਵਿਰਾਸਤ ਏ ਖਾਲਸਾ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ ਹੈ ਅਤੇ ਹੁਣ ਅਸੀਂ ਉੱਥੇ ਅੰਦਰ ਚੱਲੇ ਹਾਂ ਗੁਰਦੁਆਰਾ ਸਾਹਿਬ ਦੇ ਅਤੇ ਤੁਹਾਨੂੰ ਅੰਦਰ ਦਰਸ਼ਨ ਕਰਾਉਂਦੇ ਹਾਂ ਅਤੇ ਅੰਦਰ ਬੋਲੀ ਸਾਹਿਬ 132 ਪੌੜੀਆਂ ਬਣੀਆਂ ਹੋਈਆਂ ਨੇ ਅੱਜ ਜੀ ਚੱਲੀਏ ਆਪਾਂ ਅੰਦਰ ਉਹ ਦੇਖੋ ਜੀ ਆਨੰਦਗੜ੍ਹ ਸਾਹਿਬ ਗੁਰਦੁਆਰਾ ਅਤੇ ਹੈਗੇ ਬੋਲੀ ਸਾਹਿਬ ਜਿੱਥੇ 132 ਪੌੜੀਆਂ ਨੇ ਬੋਲੀ ਸਾਹਿਬ ਦੀਆਂ ਸੰਗਤਾਂ ਦਾ ਜਿਹੜਾ ਮਤਲਬ ਇੱਕ ਪੌੜੀ ਦਾ ਇੱਕ ਜਪਜੀ ਸਾਹਿਬ ਦਾ ਪਾਠ ਕਰਦਾ ਕਰਦੀਆਂ ਨੇ ਮੈਂ ਦੇਖਿਆ ਕਈਆਂ ਨੂੰ ਅਤੇ ਥੱਲੇ ਜਲ ਹੈਗਾ ਜਲ ਸਮੁੰਦਰ ਦਾ ਥੱਲੇ ਲੱਗ ਗਿਆ ਅਤੇ ਦੇਖੋ ਤੁਸੀਂ ਕਿੰਨਾ ਸੋਹਣਾ ਬਣਾਇਆ ਇਹ ਤਾਂ ਹੌਲੀ ਹੌਲੀ ਉਤਰੂੰਗੇ ਫਿਰ ਤਾਂ ਠੀਕ ਹੈ ਜੇ ਭੱਜ ਕੇ ਉੱਠਾਂਗੇ ਨਾ ਉਤਰਾਂਗੇ ਫਿਰ ਚੜ੍ਹਨੀਆਂ ਔਖੀਆਂ ਹੋ ਜਾਂਦੀਆਂ ਦੇਖੋ ਜੀ ਉਹ ਉੱਥੇ ਤੱਕ ਜਾਣਾ ਉੱਪਰ ਚੂੜਾ ਆਪਾਂ ਲੈ ਲਿਆ ਬੋਲੀ ਸਾਹਿਬ ਤੋਂ ਚਲੋ ਬਈ ਚਲੋ ਚਲੋ ਮੈਨੂੰ ਕਹਿੰਦਾ ਬਈ ਚੱਲਣ ਇਹ ਹੈਗੀ ਹੈ ਜੀ ਕਿਲ੍ਹੇ ਦੀ ਪੁਰਾਣੀਆਂ ਕੰਧਾਂ ਜੋ ਕਿ ਛੋਟੀਆਂ ਇੱਟਾਂ ਅਤੇ ਮਿੱਟੀ ਦੇ ਨਾਲ ਬਣੀਆਂ ਹੋਈਆਂ ਨੇ ਅਤੇ ਇਸ ਟਾਈਮ ਇਹ ਸ਼ੀਸ਼ੇ 'ਚ ਬਣਾ ਕੇ ਰੱਖੀਆਂ ਤਾਂ ਜੋ ਸੰਗਤਾਂ ਵਾਸਤੇ ਸਾਂਭ ਸੰਭਾਲ ਕਰਕੇ ਰੱਖੀਏ ਤਾਂ ਜੋ ਸੰਗਤਾਂ ਇਹਨਾਂ ਦੀਆਂ ਦਰਸ਼ਨ ਕਰ ਸਕਣ ਅਤੇ ਕੋਈ ਹੱਥ ਲਾ ਕੇ ਇਹਨਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ ਆਪ ਵੀ ਦੇਖ ਸਕਦੇ ਹੋ ਕਿ ਦੋਨੇ ਸਾਈਡ 'ਤੇ ਜੋ ਕਿ ਕਿਲ੍ਹੇ ਦੀਆਂ ਪੁਰਾਣੀਆਂ ਕੰਧਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਹਾਂਜੀ ਅਸੀਂ ਨਾ ਹੁਣ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਿਕਲ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਠੀਕ ਹੈ ਜੀ ਅਤੇ ਹੁਣ ਅਸੀਂ ਚੱਲੇ ਹਾਂ ਡੇਰਾ ਸਾਹਿਬ ਨੂੰ